ਬੀਤੇ ਦਿਨੀ ਲੁਧਿਆਣਾ ਦੀ ਰਹਿਣ ਵਾਲੀ ਕਮਲਦੀਪ ਕੌਰ ਜਿਸ ਦੇ ਵੱਲੋਂ ਆਪਣੇ ਸਿਰ ਦੇ ਵਾਲਾਂ ਨਾਲ ਇੱਕ ਅਜਿਹੀ ਚਿੱਤਰਕਾਰੀ ਪੇਸ਼ ਕੀਤੀ ਗਈ ਸੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋਇਆ। ਕਮਲਦੀਪ ਵੱਲੋਂ ਆਪਣੇ ਵਾਲਾਂ ਦੇ ਨਾਲ ਜੋ ਚਿੱਤਰਕਾਰੀ ਬਣਾਈਆਂ ਗਈਆਂ ਸਨ ਉਸ ਤੋਂ ਬਾਅਦ ਕਮਲਦੀਪ ਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕਰਵਾਉਣ ਲਈ ਭੇਜਿਆ ਸੀ ਅਤੇ ਹੁਣ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋਣ ਤੋਂ ਬਾਅਦ ਕਮਲਦੀਪ ਕੌਰ ਵੱਲੋਂ ਆਪਣੀ ਇਹਨਾਂ ਪ੍ਰਦਰਸ਼ਨੀਆਂ ਨੂੰ ਕੈਨੇਡਾ ਦੇ ਵਿੱਚ ਵੀ ਜਾ ਕੇ ਪ੍ਰਦਰਸ਼ਿਤ ਕੀਤਾ ਜਾਵੇਗਾ। ਮੈਂ ਇਹੀ ਚਾਹੂੰਗੀ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ। ਆਈ ਮੀਨ ਕੁਆਇਟ ਹਾਈ ਸਪਿਰਿਟਸ, ਆਈ ਐਮ ਔਨ ਕਲਾਉਡ 9 ਯੂ ਕੈਨ ਸੀ, ਐਂਡ ਡੈਫੀਨੇਟਲੀ ਇੱਕ ਇਨਕਰੇਜਮੈਂਟ ਮਿਲੀ ਹੈ ਕਿ ਮੈਂ ਅੱਗੇ ਜਾ ਕੇ ਲਿਮਕਾ ਬੁੱਕ ਆਫ ਰਿਕਾਰਡ 'ਚ ਨਾਮ ਦਰਜ ਕਰਵਾ। ਇਹ ਜੀ ਇੱਕ ਡਰਾਇੰਗ ਹੈ, ਇਹਨੂੰ ਮੈਂ ਪੱਗ ਦਾ ਨਾਮ ਦਿੱਤਾ, ਠੀਕ ਹੈ। ਇਹ ਸਾਰੀ ਦੀ ਸਾਰੀ ਜ਼ੈਂਟੈਂਗਲ ਆਰਟ ਹੈ ਜਿਹਨੂੰ ਮੈਂ ਆਪਣੇ ਵਾਲਾਂ ਨਾਲ ਕੰਪਲੀਟ ਕੀਤਾ ਹੈ, ਕਿਉਂਕਿ ਮੈਂ 15 ਡੇਜ਼ ਲਗਾਏ ਹੈ ਇਹਨੂੰ ਕੰਪਲੀਟ ਕਰਨ। ਇਹ ਹੈਗੀ ਹੈ ਜਿਹੜੀ, ਇਹਨੂੰ ਮੈਂ ਨਾਮ ਦਿੱਤਾ ਸੀ ਆਸਟ੍ਰੀਚਿਸ। ਸੋ ਇਹ ਵੀ ਮੈਂ, ਇਹ ਮੇਰੀ ਫਸਟ ਪੇਂਟਿੰਗ ਸੀਗੀ, ਇਹਨੂੰ ਮੈਂ ਕੰਪਲੀਟ ਕੀਤਾ ਸੀ ਅਰਾਊਂਡ 20 ਡੇਜ਼ ਦੇ ਵਿੱਚ। ਇਹ ਵੀ ਮੇਰੇ ਵਾਲਾਂ ਦੇ ਨਾਲ। ਇਹ ਜਿਹੜੀ ਹੈਗੀ ਹੈ ਇਹਨੂੰ ਮੈਂ ਨਾਮ ਦਿੱਤਾ ਸੀ ਲਾਈਨ। ਇਹ ਮੇਰੀ ਲਾਸਟ ਪੇਂਟਿੰਗ ਸੀਗੀ ਅਤੇ ਇਹਦੇ 'ਤੇ ਮੈਂ ਮਤਲਬ 15 ਡੇਜ਼ ਅਰਾਊਂਡ 3 ਆਵਰਸ ਐਵਰੀ ਡੇ ਲਗਾਏ ਸੀਗੇ। ਐਂਡ ਦਿਸ ਵਾਜ ਦ ਰਿਕਾਰਡ ਅਟੈਂਪਟ ਪੇਂਟਿੰਗ ਜਿਹਨੂੰ ਮੈਂ 4 ਆਵਰਸ ਦੇ ਵਿੱਚ ਕੰਪਲੀਟ ਕੀਤਾ ਸੀ, ਜਿਹਦੀ ਮੈਂ ਐਵੀਡੈਂਸ ਸਬਮਿਟ ਕੀਤੀ ਸੀ। ਅੱਗੇ ਸਰ ਥੀਮ ਇਹ ਹੈ ਕਿ ਕੁਛ ਯੂਨੀਕ ਕੀਤਾ ਜਾਵੇ, ਜਿਵੇਂ ਹੁਣ ਵਾਲ ਸੀਗੇ, ਅਤੇ ਨੈਕਸਟ ਟਾਈਮ ਡੈਫੀਨੇਟਲੀ ਹੋ ਸਕਦਾ ਵਾਲ ਹੋਏ ਪਰ ਕੁਛ ਹੋਰ ਹੋਵੇ, ਡਰਾਇੰਗ ਦੀ ਜਗ੍ਹਾ ਕੋਈ ਸੋਫਟ ਟੋਏ ਹੋਵੇ ਜਾਂ ਫਿਰ ਕੁਛ 3D ਆਈਟਮ ਹੋਵੇ। ਸੋ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਨਾ ਕੋਈ ਯੂਨੀਕ ਹੀ ਚੀਜ਼ ਹੋਏਗੀ, ਓਬਵੀਅਸਲੀ ਏਸ਼ੀਆ ਬੁੱਕ ਆਫ ਰਿਕਾਰਡ ਜਾਂ ਲਿਮਕਾ ਬੁੱਕ ਆਫ ਰਿਕਾਰਡ। ਜ਼ਿਆਦਾ ਮਟੀਰੀਅਲ ਲੱਗਦਾ ਨਹੀਂ, ਬਿਕੋਜ਼ ਵਾਲ ਜਿਹੜੇ ਹੁੰਦੇ ਆ ਆਪਾਂ ਮੋਸਟਲੀ ਡਸਟਬਿਨ ਸੁੱਟਦੇ ਹਾਂ, ਤਾਂ ਜ਼ਿਆਦਾ ਪੈਸੇ ਨਹੀਂ ਲੱਗਦੇ ਉਸ 'ਤੇ। ਅਦਰਵਾਈਜ਼ ਤੁਸੀਂ ਕੋਈ ਵੀ ਨੋਰਮਲ ਪੇਂਟਿੰਗ ਬਣਾਉਣ ਲੈ ਕੇ ਜਾਓ ਤਾਂ ਉੱਥੇ ਕਾਫੀ ਜ਼ਿਆਦਾ ਪੈਸੇ ਲੱਗ ਜਾਂਦੇ। ਸੋ ਆਈ ਥਿੰਕ ਇਹਦੇ 'ਚ ਸਿਰਫ ਇੱਕ ਖਰਚਾ ਹੈਗਾ, ਇੱਕ ਨੀਡਲ ਦਾ, ਇੱਕ ਤੁਹਾਡੀ ਡਰਾਇੰਗ ਹੋਣੀ ਚਾਹੀਦੀ ਹੈ, ਤਾਂ ਇੱਕ ਤੁਹਾਡਾ ਕੈਨਵਸ ਹੋਣਾ ਚਾਹੀਦਾ, ਜਿੱਦਾਂ ਦਾ ਤੁਸੀਂ ਚਾਹੋ। ਥੋੜ੍ਹਾ ਕੈਨਵਸ ਥਿੱਕ ਹੋਣਾ ਚਾਹੀਦਾ। ਆਈ ਵੁੱਡ ਡੈਫੀਨੇਟਲੀ ਲਾਈਕ ਟੂ ਸੇ ਦੈਟ ਇਰਰਿਸਪੈਕਟਿਵ ਆਫ ਐਨੀਥਿੰਗ, ਇਰਰਿਸਪੈਕਟਿਵ ਆਫ ਐਨੀ ਮਾਇੰਡ ਸੈਟ ਔਰ ਐਨੀ ਮਨੀ ਮੇਕਿੰਗ ਥਿੰਗਸ, ਜਸਟ ਕੋਨਸਨਟ੍ਰੇਟ ਔਨ ਯੋਰ ਗੋਲਸ। ਇਫ ਯੂ ਹੈਵ ਦ ਕੋਨਫੀਡੈਂਸ ਯੂ ਕੈਨ ਅਚੀਵ ਯੋਰ ਗੋਲਸ ਐਟ ਐਨੀ ਕੋਸਟ, ਈਵਨ ਇਫ ਯੂ ਆਰ ਰਿਚ, ਈਵਨ ਇਫ ਯੂ ਆਰ ਪੂਅਰ। ਸੋ ਜਸਟ ਕੋਨਸਨਟ੍ਰੇਟ ਔਨ ਯੋਰ ਗੋਲਸ, ਯੂ ਵਿਲ ਅਚੀਵ ਦੈਮ ਐਟ ਐਨੀ ਕੋਸਟ। Definitely, once I move to Canada, I'll have the exhibition of my unique exhibits somewhere in exhibitions in Canada and in other countries as well. Bureau Report, Ludhiana View.